ਲਾਇਆ ਤਾਂ ਦਾ ਹੀ ਆ ਵੈਸੇ ਪ੍ਰਭ ਨੇ ਪੋਲੇ ਜੇ ਲਾਇਆ ਦਾ। ਹੁਣ ਕੋਈ ਟੱਕਰ ਨੀ, ਹੁਣ ਕਹਿ ਟੋਰ ਨਾ ਵੇਚ ਗਏ ਆ ਕਿ ਲੰਮੇ ਪੈ ਗਏ ਆ ਰੋਬੀ ਬਰੀ ਕਿਆ ਨਾ ਲਿਬੜਿਆ ਕਰ ਕੋਈ ਵੇਖਣ ਵਾਲਾ ਆ ਜਾਂਦਾ ਤਾਂ ਤਾਂ ਤੇਰਾ ਰਿਸ਼ਤਾ ਨੀ ਸਿਰੇ ਚੜਦਾ। 25,000 ਕੇ 30,000 ਦੋਵੇਂ ਇੱਕ ਜਣੇ ਆ ਵੀਰ ਜੀ, ਰੰਗ ਤਾਂ ਨੀ ਗੋਰੇ ਹੋਣੇ, ਇਹ 30,000 ਸਮਾਨ ਤੇ ਲਾਉਣਾ, ਚੰਗਾ ਟੂਪਾਂ ਤੇ ਲਾਇਆ ਹੁੰਦਾ ਤੇ ਸ਼ਾਇਦ ਰੰਗ ਹੀ ਗੋਰਾ ਜਾਂਦਾ। ਹਾਂਜੀ ਗਾਇਜ਼, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ, ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗਾਇਜ਼, ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਜ਼, ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਜ਼, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਮੋਟੇ ਸਨੈਪਚੈਟ ਮੋਟਾ ਬਿਜੀ ਹੋਣ ਦੇ ਕਾਰਨ ਮੈਨੂੰ ਸਨੈਪਚੈਟ ਆਉਂਦੀਆਂ ਪਾਉਣੀਆਂ ਪੈ ਰਹੀਆਂ। ਸੋ ਪਿਆਰ ਬਖਸ਼ੋ ਦਰਸ਼ੋ ਦਰਸ਼ਕੋ, ਕੀ ਕਹਿਣਾ ਕਹੋਗੇ? ਮੱਝਾਂ ਨਵਾਉਣ ਲੱਗੇ। ਵਾਓ, ਤੁਸੀਂ ਮੱਝਾਂ ਬਣਵਾ ਲੈਂਦੇ ਹੋ? ਵਾਓ, ਇਸ਼ਨਾਨ ਅੱਜ ਨਾਈ ਤੋਂ ਹੀ। ਤੈਨੂੰ ਮੈਂ 50 ਵਾਰੀ ਕਿਹਾ ਨਾ ਲਿਬੜਿਆ ਕਰ, ਕੋਈ ਵੇਖਣ ਵਾਲਾ ਆ ਜਾਂਦਾ ਤਾਂ ਤਾਂ ਤੇਰਾ ਰਿਸ਼ਤਾ ਨੀ ਸਿਰੇ ਚੜਦਾ, ਨਹਾਉਂਦੀ ਨੀ ਧੋਂਦੀ ਨੀ ਤੂੰ। ਉਹੋ ਹੀ ਗੱਲਾਂ ਅਗਲੇ ਵੇਖਣ ਵਾਲੇ ਆ ਜਾਂਦੇ ਤੇ ਲੈ ਲੈ ਉਹ ਵੇ ਹੱਸਦਾ। ਇੰਨੇ ਹੀ ਅੱਧੀਆਂ ਤਾਂ ਭਾਨੀਆਂ ਮਾਰੀਆਂ ਜਾਂ ਤੇਰੇ ਰਿਸ਼ਤੇ 'ਚ, ਇਹ ਨਹਾਉਂਦੀ ਨੀ ਧੋਂਦੀ ਨੀ। ਅੱਧੀਆਂ ਭਾਨੀਆਂ ਕਿੰਨੇ ਮਾਰੀਆਂ? ਬਹੁਤ ਭਾਨੀਆਂ ਮਾਰੀਆਂ ਇਹਨੇ, ਭਾਨੀਆਂ ਮਾਰੀਆਂ। ਇਹ ਵੇਖ ਕਿੱਦਾਂ ਲੇਡੀਜ਼ ਕਿੰਨੀਆਂ ਚੰਗੀਆਂ ਨੇ, ਸਾਰੀਆਂ ਬੈਠੀਆਂ ਹੋਈਆਂ, ਵੈਲ ਡਿਸਿਪਲਿਨਡ, ਤੇ ਆਪਾਂ ਫੂੰ ਫੂੰ ਹੀ ਕਰੀ ਜਾਣਾ। ਹੈਂ, ਕਿੰਨੇ ਪੈਸੇ ਲਾਤੇ ਦੱਸੀ ਮੈਂ ਗੱਗੂ ਨੇ? 25,000 ਕੇ 30,000 ਦੋਵੇਂ ਇੱਕ ਜਣੇ ਆ ਵੀਰ ਜੀ, ਰੰਗ ਤਾਂ ਨੀ ਗੋਰੇ ਹੋਣੇ, ਇਹ 30,000 ਸਮਾਨ ਤੇ ਲਾਉਣਾ, ਚੰਗਾ ਟੂਪਾਂ ਤੇ ਲਾਇਆ ਹੁੰਦਾ ਤੇ ਸ਼ਾਇਦ ਰੰਗ ਹੀ ਗੋਰਾ ਜਾਂਦਾ। ਵੀਰ, ਇਹ ਨੀ ਫਾਇਦਾ ਹੋਣਾ, ਠੀਕ ਨੀ? ਸਮਾਨ ਬਣਿਆ ਨੂੰ ਬਹੁਤ ਗਾਂ, ਤੂੰ ਇਹਨੂੰ ਕੈਮਰਿਆਂ ਦੀ ਸ਼ੋਪ ਪਾ ਕੇ ਦੇਣੀ ਨਾ, ਫੋਟੋਗ੍ਰਾਫਰ ਇਹਨੂੰ ਬਣਾਉਣਾ ਤੂੰ ਵੱਡੇ ਨੂੰ, ਤੇ ਫਿਰ ਰੰਗ ਗੋਰਾ ਕਰਨ ਨੂੰ ਲਿਆਇਆ? ਐਡੀਆਂ ਐਡੀਆਂ ਲਾਈਟਾਂ ਹੋਰ ਕਾਹਦੇ ਲਈ ਲਿਆਇਆ ਏ ਵੀ? ਰੰਗ ਗੋਰਾ ਕਰਨ ਨੂੰ ਲੈ ਕਿੱਡਾ ਵੇਲਾ ਦੱਸ ਕੋਨੀ ਆਲ ਬਣ ਗਈ ਸਕੀਮ ਨਾ। ਸਕੂਲ ਵਾਲੇ ਚੰਗੇ ਪਾਸ ਹੋਏ ਨੇ, ਛੁੱਟੀ ਦੇ ਦਿੰਦੇ ਮੈਨੂੰ। ਅੱਛਾ, ਔਖਾ ਕਰਦੇ ਨਾ ਉਹਨੂੰ, ਸਕੀਮ ਚੱਲਦੀ ਕਰ। ਲਾਇਆ ਤਾਂ ਦਾ ਹੀ ਆ ਵੈਸੇ ਪ੍ਰਭ ਨੇ ਪੋਲੇ ਜੇ ਲਾਇਆ ਦਾ। ਉਹ ਗੇਟ ਪਾਸ ਤੇ ਲੰਘਣ ਨਹੀਂ ਦੇਣਾ ਉਹਨਾਂ ਨੇ, ਚੱਲਗਾ ਉਹਨਾਂ ਨੇ ਉੱਥੇ ਬੂਹੇ ਅੱਗੇ ਜਾ ਕੇ ਫੇਰ ਬਾ ਲੈਣੀ। ਉਹਨਾਂ ਨੇ ਕਹਿਣਾ ਚਲੋ ਜੀ ਕੁੜੀਏ ਅੰਦਰ ਗੁੱਡੇ, ਉੱਥੋਂ ਲਾ ਲੈਣਾ ਭਰਾ, ਉੱਥੋਂ ਕਿਵੇਂ ਕੱਢਾਂਗੇ ਹੁਣ ਤੈਨੂੰ ਅਸੀਂ? ਕੁਛ ਨਹੀਂ ਹੁੰਦਾ, ਹੁਣ ਕੋਈ ਟੱਕਰ ਨਹੀਂ, ਹੁਣ ਕਹਿ ਟੋਰ ਨਾ ਵੇਚ ਗਏ ਆ ਕਿ ਲੰਮੇ ਪੈ ਗਏ ਆ ਰੋਬੀ। ਹਾਂਜੀ ਗਾਇਜ਼, ਤੁਸੀਂ ਦੇਖ ਹੀ ਲਓ ਸਟੋਰੀ ਗਾਇਜ਼। ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।